ਹਲੋ ਜੀ ਸਤ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਸਭ ਦਾ ਸਤਲੂਜ਼ ਆਨਲਾਈਨ ਕਲਾਸਿਸ ਦੇ YouTube ਪਲੇਟਫਾਰਮ ਤੇ ETT 635 2344 ਲੈ ਕੇ ਅਪਡੇਟ ਤੇ ਜੀਮ ਵੀ ਤੁਹਾਨੂੰ ਪਤਾ ਹੈ ਕਿ ਨੈਸ਼ਨਲ ਲੈਵਲ ਤੇ ਬੀਐਸਟੀਸੀ ਵਰਸਸ ਬੀਐਡ ਦਾ ਜੋ ਵਿਵਾਦ ਚੱਲਿਆ ਹੋਇਆ ਹੈ ਇਹਦੇ ਅੰਦਰ ਜੋ ਹੈ ਕੱਲ ਸੁਪਰੀਮ ਕੋਰਟ ਦੇ ਅੰਦਰ ਆਪਣੀ ਸੁਣਵਾਈ ਹੈ ਜੀ ਕਦੋਂ 15 ਮਾਰਚ ਜਿਹੜੀ ਹੈ ਆਪਣੀ ਸੁਣਵਾਈ ਹੈ ਤੇ 15 ਮਾਰਚ ਯਾਨੀ ਕਿ ਕੱਲ ਕੱਲ ਹੀ ਸੁਣਵਾਈ ਹੈ ਤੇ ਪੂਰੀ ਉਮੀਦ ਹੈ ਕਿ ਕੱਲ ਹੀ ਜਿਹੜਾ ਹੈ ਇਹਦਾ ਰਿਜ਼ਲਟ ਆ ਜਾਏਗਾ ਕੀ ਆ ਜਾਏਗਾ ਰਿਜ਼ਲਟ ਤੇ ਪੂਰੀ ਉਮੀਦ ਹੈ ਕਿ ਜਿਹੜਾ ਰਿਜ਼ਲਟ ਹੋਵੇਗਾ ਉਹ ਏਟੀਟੀ ਦੇ ਪੱਖ ਵਿੱਚ ਹੋਵੇਗਾ ਯਾਨੀ ਕਿ ਬੀਐਸਟੀਸੀ ਯਾਨੀ ਕਿ ਡਿਪਲੋਮੇ ਵਾਲਦੇ ਪੱਖ ਵਿੱਚ ਹੋਵੇਗਾ ਤੇ ਨੈਸ਼ਨਲ ਲੈਵਲ ਤੇ ਜੋ ਇਸ਼ੂ ਹੈ ਉਹ ਸੋਲਵ ਹੋ ਜਾਏਗਾ ਤੇ ਇਹ ਵੀ ਜਿਹੜਾ ਹੈ ਦਸਹਾਰਿਆ ਕੀ ਕਾਲ ਜੋ ਹੈ ਪ੍ਰੋਪਰ ਤਰੀਕੇ ਨਾਲ ਬਹਿਸ ਹੋਵੇਗੀ ਯਾਨੀ ਕਿ ਫੁੱਲ ਡਿਸਕਸ਼ਨ ਹੋਵੇਗੀ ਤੇ ਅਗਰ ਬਾਈ ਚਾਂਸ ਡਿਸਕਸ਼ਨ ਲੰਬੀ ਹੁੰਦੀ ਹੈ ਬਹਿਸ ਲੰਬੀ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਕੱਲ ਰਿਜ਼ਲਟ ਨਾ ਆ ਕੇ ਆਪਾਂ ਨੂੰ ਅੱਗੇ ਤਰੀਕ ਮਿਲ ਜਾਏ ਪਰ ਲੇਕਿਨ ਜੋ ਵੀ ਅੱਗੇ ਤਰੀਕਾ ਮਿਲਣ ਗਿਆ ਉਹ ਆਪਾਂ ਨੂੰ ਬਹੁਤ ਜਲਦੀ ਹੀ ਮਿਲਣਗੇ ਯਾਨੀ ਕਿ ਨੇੜੇ ਦੀ ਤਰੀਕ ਮਿਲੇਗੀ ਬਹੁਤ ਜ਼ਿਆਦਾ ਅੱਗੇ ਦੀ ਤਰੀਕ ਆਪਾਂ ਨੂੰ ਨਹੀਂ ਮਿਲੇਗੀ ਤੇ ਹੁਣ ਜੋ ਪ੍ਰੋਸੈਸ ਹੈ ਕੋਰਟ ਦਾ ਵੀ ਇਹ ਫਾਸਟ ਹੋ ਜਾਵੇਗਾ ਤੇ ਬਹੁਤ ਜਲਦੀ ਚਲੀ ਹੈ ਭਰਤੀਆਂ ਕੰਪਲੀਟ ਹੋਣਗੀਆਂ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣ ਨਵੀਂ ਸਰਕਾਰ ਬਣੀ ਹੈ ਨੂੰ ਕੰਮ ਕਰਨ ਦਾ ਚਾਹ ਹੋਊਗਾ ਐਕਸਾਈਟਮੈਂਟ ਹੋਊਗੀ ਤੇ ਆਪਾਂ ਨੂੰ ਵੀ ਆਪਣੇ ਹਰ ਹਲਕੇ ਦੇ ਜੋ ਵੀ ਐਮਐਲਏ ਜਿੱਤਿਆ ਹੈ ਉਹਨੂੰ ਮਿਲ ਕੇ ਉਹਨੂੰ ਮੰਗ ਪੱਤਰ ਸੌਂਪਣਾ ਪਏਗਾ ਤਾਂ ਕਿ ਪਹਿਲ ਦੇ ਆਧਾਰ ਤੇ ਧਿਆਨ ਦੇ ਕੇ ਜੋ ਵੀ ਆਪਣੀ ਵੈਕੈਂਸੀਆਂ اٹਕੀਆਂ ਹੋਈਆਂ ਨੇ 2364 ਹੈ 6635 ਹੈ ਤੇ 22 ਪੋਸਟਾਂ ਉਹਨਾਂ ਨੂੰ ਛੇਤੀ ਛੇਤੀ ਪੂਰਾ ਕੀਤਾ ਜਾਵੇ ਇਸ ਦੇ ਇਲਾਵਾ ਜੋ ਨਵੀਂ ਵੈਕੈਂਸੀ ਅਨਾਉਂਸ ਹੋਈ ਸੀ ਉਹਦਾ ਨੋਟੀਫਿਕੇਸ਼ਨ ਕੱਢਿਆ ਜਾਵੇ ਇਹਦੀ ਜੋ ਹੈ ਆਪਾਂ ਨੂੰ ਮੰਗ ਕਰਨੀ ਪਏਗੀ ਤਾਂ ਆਪਣੇ ਇਹਦੇ ਐਮਐਲਏ ਨੂੰ ਮਿਲਣਾ ਪਏਗਾ ਮੰਗ ਪੱਤਰ ਸੌਂਪਣਾ ਪਏਗਾ ਤਾਂ ਕਿ ਸਭ ਤੋਂ ਪਹਿਲਾਂ ਧਿਆਨ ਆਪਣੀ ਵੈਕੈਂਸੀਆਂ ਵੱਲ ਜਾ ਕੇ ਇਹਨਾਂ ਦਾ ਮਾਮਲਾ ਸੋਲਵ ਕੀਤਾ ਜਾਵੇ ਠੀਕ ਹੈ ਜੀ ਤਾਂ ਇਹ ਜੋ ਹੈ ਤੇ ਨਾਲੇ 17 ਤਰੀਕ ਨੂੰ ਜਿਹੜਾ ਹੈ ਇਕੱਠ ਰੱਖਿਆ ਗਿਆ ਹੈ ਏਟੀਟੀ ਯੂਨੀਅਨ ਵੱਲੋਂ ਉੱਥੇ ਵੀ ਤੁਸੀ ਪਹੁੰਚਣਾ ਹੈ ਇਹ ਵੀ ਇੱਕ ਅਪਡੇਟ ਹੈ ਤੇ ਕੱਲ 15 ਮਾਰਚ ਨੂੰ ਸੁਪਰੀਮ ਕੋਰਟ ਦੇ ਅੰਦਰ ਕੀ ਸੁਣਵਾਈ ਹੋਏਗੀ ਕੀ ਰਿਜ਼ਲਟ ਨਿਕਲੇਗਾ ਉਹਦੀ ਹਰ ਇੱਕ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦਬਾ ਲਵੋ ਤਾਂ ਕਿ ਕੱਲ ਜੋ ਵੀ ਅਪਡੇਟ ਹੋਏ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਧੰਨਵਾਦ ਮਿਲਦੇ ਹਾਂ ਅਗਲੀ ਅਪਡੇਟ ਦੇ ਨਾਲ